ਮਜੀਠੀਆ ਮਾਮਲੇ ਨੂੰ ਕਿਵੇਂ ਦੇਖਦੇ ਹੋ? ਦੇਖੋ ਜਿਹੜਾ ਕੰਮ ਸਰਕਾਰਾਂ ਨੇ ਕਰਨਾ ਸੀਗਾ ਔਰ ਮੈਂ ਸਮਝਦਾ ਕੰਮ 2018 ਚ ਹੋ ਜਾਣਾ ਚਾਹੀਦਾ ਸੀਗਾ, ਉਹ ਅੱਜ ਸਾਡੀ ਮਾਨਯੋਗ ਹਾਈ ਕੋਰਟ ਨੇ ਮਾਨਯੋਗ ਸੁਪਰੀਮ ਕੋਰਟ ਨੇ ਕੀਤਾ ਗਾ। ਸੋ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਔਰ ਮੈਂ ਦੇਖ ਰਿਹਾ ਹਾਂਗਾ ਕਿ ਪੰਜਾਬ ਪੁਲਿਸ ਬੜੀ ਵੱਡੀ ਪੱਧਰ 'ਤੇ ਖਾਮੀਆਂ ਛੱਡ ਰਹੀ ਆ, ਇਨਵੈਸਟੀਗੇਸ਼ਨ ਟੇਂਟਡ ਹੋ ਰਹੀ ਆ, ਮਾੜੀ ਇਨਵੈਸਟੀਗੇਸ਼ਨ ਹੋ ਰਹੀ ਆ, ਜਿਹੜੇ ਪ੍ਰੂਫ ਨੇਗੇ ਸਬੂਤ ਨੇ ਉਹਨਾਂ ਨੂੰ ਬਹੁਤ ਸਾਰੇ ਸਬੂਤਾਂ ਨਸ਼ਟ ਕੀਤਾ ਜਾ ਰਿਹਾ ਤਾਂ ਕਿ ਮਿਸਟਰ ਵਿਕਰਮ ਮਜੀਠੀਆ ਨੂੰ ਕਿਵੇਂ ਬਚਾਉਣਾ ਗਾ ਆਉਣ ਵਾਲੇ ਸਮੇਂ ਦੇ ਵਿੱਚ, ਇਹਦੇ 'ਤੇ ਜਿਹੜਾ ਕੰਮ ਹੋ ਰਿਹਾ ਹੈਗਾ। ਸੋ ਪੰਜਾਬ ਪੁਲਿਸ ਦੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਆ ਬੜੀ ਢਿੱਲੀ ਹੈਗੀ। ਸੋ ਇਹਦੀ ਕਾਰਗੁਜ਼ਾਰੀ ਜਿਹੜੀ ਤੇਜ਼ ਹੋਣੀ ਚਾਹੀਦੀ ਆ ਔਰ ਕਾਨੂੰਨ ਨੂੰ ਤੋੜਦਾ ਮਰੋੜਦਾ ਨਹੀਂ ਚਾਹੀਦਾ ਔਰ ਕਾਨੂੰਨ ਦੇ ਹੱਥ ਨਹੀਂ ਬੰਨਣੇ ਚਾਹੀਦੇ, ਕਾਨੂੰਨ ਨੂੰ ਉੱਪਰ ਹੋ ਕੇ ਕੰਮ ਕਰਨਾ ਚਾਹੀਦਾ ਤਾਂ ਕਿ ਅਜਿਹੇ ਤਸਕਰ ਜਿਨ੍ਹਾਂ ਨੇ ਪੰਜਾਬ ਦੀਆਂ ਮਾਵਾਂ ਦੇ ਪੁੱਤਾਂ ਨੂੰ ਮਾਰਿਆ, ਪੰਜਾਬ ਦੀਆਂ ਭੈਣਾਂ ਦੇ ਭਰਾਵਾਂ ਨੂੰ ਮਾਰਿਆ ਗਾ, ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਆਉਣ। ਜੇਕਰ ਤੁਹਾਡੀ ਸਰਕਾਰ ਆਉਂਦੀ ਹੈ ਤਾਂ ਉਚਿਤ ਕਾਰਵਾਈ ਜਿਹੜੀ ਹੈਗੀ ਕੀਤੀ ਜਾਏਗੀ? ਬਿਲਕੁਲ, ਸਾਡੀ ਸਰਕਾਰ ਆਉਣ ਉੱਤੇ ਮੈਂ ਸਮਝਦਾ ਸਭ ਤੋਂ ਵੱਧ ਜਿਹੜੀ ਕਾਰਵਾਈ ਆ ਉਹ ਨਸ਼ਾ ਤਸਕਰਾਂ ਦੇ ਖਿਲਾਫ ਹੋਊਗੀ। ਜਿਨ੍ਹਾਂ ਨੇ ਪਹਿਲਾਂ ਵੀ ਵੇਚਿਆ ਗਾ, ਜਿਨ੍ਹਾਂ ਦੇ ਖਿਲਾਫ ਕੇਸ ਵੀ ਚੱਲਦੇ ਨੇ, ਉਹਨਾਂ ਦੁਬਾਰਾ ਕੇਸ ਖੋਲ੍ਹੇ ਜਾਣਗੇ। ਬਹੁਤ ਸਾਰੇ ਐਸੇ ਨਸ਼ਾ ਤਸਕਰ ਨੇਗੇ ਜਿਹੜੇ ਵੱਧ ਚੁੱਕੇ ਨੇ ਕਿਸੇ ਨਾ ਕਿਸੇ ਤਰੀਕੇ, ਉਹਨਾਂ ਦੀਆਂ ਪ੍ਰੋਪਰਟੀਆਂ ਜ਼ਬਤ ਕੀਤੀਆਂ ਜਾਣਗੀਆਂ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਮਿਲ ਸਕੇ ਔਰ ਜਿਹੜੇ ਵੱਡੇ ਵੱਡੇ ਨਸ਼ਾ ਤਸਕਰ ਤੁਹਾਨੂੰ ਵੀ ਪਤਾ ਕਿੱਥੇ ਕਿੱਥੇ ਘੁੰਮਦੇ ਨੇਗੇ ਉਹ ਸਾਰੇ ਜੇਲ੍ਹਾਂ 'ਚ ਹੋਣਗੇ। ਯੂਕਰੇਨ ਦੇ ਵਿੱਚ ਜਿਹੜਾ ਹੈਗਾ ਜੀ ਨੌਜਵਾਨ ਕੁਝ ਫਸੇ ਹੋਏ ਨੇ, ਉਸ ਮਾਮਲੇ ਕਿਵੇਂ? ਦੇਖੋ, ਬੜਾ ਹੀ ਸੰਵੇਦਨਸ਼ੀਲ ਮਾਮਲਾ ਗਾ ਔਰ ਭਾਰਤ ਸਰਕਾਰ ਨੂੰ, ਪੰਜਾਬ ਸਰਕਾਰ ਨੂੰ, ਭਾਰਤ ਸਰਕਾਰ ਨੇ ਟਾਈ ਅਪ ਕਰਕੇ ਸਾਰੇ ਜਿੰਨੇ ਵੀ ਸਾਡੇ ਸਟੂਡੈਂਟ ਫਸੇ ਹੋਏ ਨੇਗੇ ਤੁਰੰਤ ਵਾਪਸ ਬੁਲਾਉਣੇ ਚਾਹੀਦੇ ਨੇ, ਕਿਉਂਕਿ ਬਹੁਤ ਵੱਡਾ ਹਮਲਾ ਉੱਥੇ ਹੋ ਰਿਹਾ ਗਾ ਔਰ ਬੱਚਿਆਂ ਦੀ ਜਾਨ ਸਾਡੇ ਲਈ ਖਤਰੇ ਦੇ ਵਿੱਚ ਆ। ਇਹ ਤਾਂ ਹੋਇਆ ਗਾ ਜੇਕਰ ਚੰਗੀਆਂ ਸਰਕਾਰਾਂ ਇੱਥੇ ਹੁੰਦੀਆਂ, ਸਾਡੇ ਬੱਚੇ ਬਾਹਰ ਕਿਉਂ ਜਾਂਦੇ? ਸੋ ਹੁਣ ਸਰਕਾਰ ਦਾ ਫਰਜ਼ ਬਣਦਾ ਗਾ ਸਾਰਿਆਂ ਨੂੰ, ਸਰਕਾਰ ਆਪਦੇ ਜਿਹੜਾ ਹੈਗਾ ਆਪਦੇ ਉਹਦੇ 'ਤੇ ਪੈਸਿਆਂ ਦੇ ਉੱਤੇ ਆਪਦੇ ਕਾਮਯਾਬ ਦੇ ਉੱਤੇ ਵਾਪਸ ਲੈ ਕੇ ਆਵੇ ਔਰ ਬੱਚਿਆਂ ਦਾ ਬਹੁਤ ਵੱਡੀ ਪੱਧਰ 'ਤੇ ਖਰਚਾ ਹੋ ਰਿਹਾ ਗਾ, ਇਹ ਬੱਚਿਆਂ ਦਾ ਖਰਚਾ ਨਹੀਂ ਹੋਣਾ ਚਾਹੀਦਾ, ਇਹ ਸਰਕਾਰ ਸਾਰਾ ਖਰਚਾ ਖੁਦ ਕਰੇ। ਈਵੀਐਮ ਦੇ ਮਾਮਲੇ ਨੂੰ ਲੈ ਕੇ ਜੀ ਕਾਫੀ ਤੁਹਾਡੀ ਪਾਰਟੀ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ, ਕਈ ਜਗ੍ਹਾ ਦੇ ਉੱਪਰ ਜਿਹੜੇ ਹੈਗੇ ਨੇਗੇ ਉਹਨਾਂ ਨੇ ਟੈਂਟ ਲਗਾਏ ਹੋਏ ਨੇਗੇ ਪੱਕੇ, ਕੀ ਲੱਗਦਾ ਤੁਹਾਨੂੰ? ਦੇਖੋ, ਕਈ ਜਗ੍ਹਾ 'ਤੇ ਸੁਰੱਖਿਆ ਦੀਆਂ ਖਾਮੀਆਂ ਨਜ਼ਰ ਆਈਆਂ, ਜਿਹੜੀ 3 ਲੇਅਰ 3 ਲੇਅਰਾਂ ਦੀ ਜਿਹੜੀ ਸਿਕਿਉਰਿਟੀ ਹੁੰਦੀ ਆ ਉਹ ਕਿਤੇ ਜਗ੍ਹਾ 'ਤੇ 1 ਲੇਅਰ 'ਤੇ ਸੀ, 2 ਜਗ੍ਹਾ 'ਤੇ ਸੀ। ਸੋ ਬੜੇ ਸ਼ੱਕ ਖੜੇ ਕਰਦੀ ਸੀ। ਬਿਲਕੁਲ, ਸਾਡੀ ਮੰਗ ਆ ਕਿ 3 ਲੇਅਰ ਜਿਹੜੀ ਸਿਕਿਉਰਿਟੀ ਹੋਣੀ ਚਾਹੀਦੀ ਹੈਗੀ ਔਰ CCTV ਅੰਦਰ ਲੱਗੇ ਹੋਣੇ ਚਾਹੀਦੇ ਨੇ। CCTV ਦਾ ਅਸੈਸ ਜਿਹੜੇ ਵੀ ਕੈਂਡੀਡੇਟ ਨੇ ਉਹਨਾਂ ਦੇ ਮੋਬਾਈਲ 'ਤੇ ਹੋਣਾ ਚਾਹੀਦਾ ਤਾਂ ਕਿ ਸਭ ਨੂੰ ਜਿਹੜੀ ਆ ਭਰੋਸਾ ਰਹੇ, ਕਿਉਂਕਿ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਸ਼ੱਕ ਆ ਕਿ ਈਵੀਐਮ ਨੂੰ ਟੈਂਪਰ ਕੀਤਾ ਜਾਂਦਾ ਗਾ, ਈਵੀਐਮ ਦੇ ਰਾਹੀਂ ਵੋਟਾਂ ਬਦਲੀਆਂ ਜਾਂਦੀਆਂ ਨੇਗੀਆਂ। ਸੋ ਲੋਕਾਂ ਦਾ ਭਰੋਸਾ ਬਾਹਰ ਰੱਖਣ ਦੇ ਲਈ ਸਰਕਾਰ ਨੂੰ ਚਾਹੀਦਾ ਕਿ 3 ਲੇਅਰ ਜਿਹੜੀ ਆ ਉਹ ਸਿਕਿਉਰਿਟੀ ਹੋਣੀ ਚਾਹੀਦੀ ਆ ਔਰ ਈਵੀਐਮ ਦਾ ਅਤੇ ਜਿੱਥੇ ਲੱਗੀਆਂ ਹੋਈਆਂ ਮਸ਼ੀਨਾਂ ਨੇ ਉੱਥੇ CCTV ਲੱਗਣੇ ਚਾਹੀਦੇ ਨੇ, ਉਹਨਾਂ CCTV ਦਾ ਅਸੈਸ ਜਿਹੜਾ ਹੈਗਾ ਉਹ ਸਾਰੇ ਕੈਂਡੀਡੇਟਾਂ ਕੋਲ ਹੋਣਾ ਚਾਹੀਦਾ।